ਹੈਲੋ ਦੋਸਤੋ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਆਪਾਂ ਇਸ ਵੀਡੀਓ ਵਿੱਚ ਸਿੱਖਾਂਗੇ ਕਿ ਜਿਹੜੇ ਯੂਟਿਊਬ ਦੇ ਥੰਬਨੇਲ ਬਣਦੇ ਨੇ ਉਹ ਮੋਬਾਈਲ ਦੀ ਹੈਲਪ ਨਾਲ ਕਿਵੇਂ ਬਣਾਏ ਜਾਣ। ਕੋਈ ਵੀ ਪੋਸਟਰ ਜਾਂ ਥੰਬਨੇਲ ਬਣਾਉਣ ਲਈ ਮੈਂ ਯੂਜ਼ ਕਰਦਾ ਪਿਕਸਲ ਲੈਬ, ਅਤੇ ਉਹ ਤੁਹਾਨੂੰ ਬੜੀ ਆਸਾਨੀ ਨਾਲ ਪਲੇ ਸਟੋਰ ਤੋਂ ਮਿਲ ਜਾਊਗੀ। ਉਹ ਤੋਂ ਬਾਅਦ ਆਪਾਂ ਪਿਕਸਲ ਲੈਬ ਨੂੰ ਓਪਨ ਕਰਨਾ ਅਤੇ ਆਹ ਤਿੰਨ ਬਿੰਦੀਆਂ 'ਤੇ ਕਲਿੱਕ ਕਰਨਾ, ਕਿਉਂਕਿ ਆਪਾਂ ਇਮੇਜ ਸਾਈਜ਼ ਸਿਲੈਕਟ ਕਰਨਾ। ਇਮੇਜ ਸਾਈਜ਼ 'ਤੇ ਜਾਵਾਂਗੇ, ਉਹ ਤੋਂ ਬਾਅਦ ਆਪਾਂ ਕਾਹਦੇ ਲਈ ਬਣਾ ਰਹੇ ਹਾਂ। ਹੁਣ ਮੈਂ ਯੂਟਿਊਬ ਥੰਬਨੇਲ ਬਣਾ ਰਿਹਾ, ਉਹਨੂੰ ਸਿਲੈਕਟ ਕਰੂੰਗਾ, ਓਕੇ ਕਰੂੰਗਾ, ਅਤੇ ਆਪਣੀ ਯੂਟਿਊਬ ਦਾ ਬੈਨਰ ਆ ਗਿਆ। ਫਿਰ ਲੈਫਟ ਹੈਂਡ ਸਾਈਡ ਜਾਵਾਂਗੇ, ਉੱਤੇ ਪਲੱਸ ਦਾ ਨਿਸ਼ਾਨ ਆ, ਉਹਦੇ ਵਿੱਚ ਜਾ ਕੇ ਫਰੋਮ ਗੈਲਰੀ 'ਚ ਜਾਵਾਂਗੇ। ਫਰੋਮ ਗੈਲਰੀ 'ਚ ਮੈਂ ਕੁਛ PNG ਡਾਊਨਲੋਡ ਕੀਤੇ ਹੋਏ ਨੇ, ਉਹਨਾਂ 'ਚੋਂ ਇੱਕ ਦੀ ਸੈਟਿੰਗ ਕਰੂੰਗਾ, ਅਤੇ ਐਵੇਂ ਸਟੈਪ ਬਾਏ ਸਟੈਪ PNG ਅਤੇ ਪਿਕਸ ਜੋ ਵੀ ਮੈਨੂੰ ਚਾਹੀਦੀਆਂ ਹੋਣਗੀਆਂ ਮੈਂ ਉਹਦੇ ਵਿੱਚੋਂ ਜਾ ਕੇ ਉਹਨਾਂ ਨੂੰ ਸਿਲੈਕਟ ਕਰੀ ਜਾਊਂਗਾ। ਅਤੇ ਉਹਨਾਂ ਨੂੰ ਸਿਲੈਕਟ ਕਰਨ ਤੋਂ ਬਾਅਦ ਉਹਨਾਂ ਦੀ ਸੈਟਿੰਗ ਕਰੂੰਗਾ ਕਿ ਥੱਲੇ ਵਾਲੀ ਜੋ ਵੀ ਕਲਰ ਆ ਉਹਦੇ ਉੱਪਰ ਨਾ ਦੇਖਣ। ਜੇ ਮੈਂ ਇੱਕ ਪਿਕਚਰ ਪਹਿਲਾਂ ਹੀ ਡਾਊਨਲੋਡ ਕਰ ਰੱਖੀ ਸੀ, ਇੱਥੇ ਤੁਸੀਂ ਆਪਣੀ ਪਿਕਚਰ ਵੀ ਲਾ ਸਕਦੇ ਹੋ ਜਾਂ ਕੁਛ ਜਿਹਦੇ 'ਤੇ ਤੁਸੀਂ ਥੰਬਨੇਲ ਬਣਾ ਰਹੇ ਹੋ ਉਹਦੀ ਪਿਕਚਰ ਵੀ ਲਾ ਸਕਦੇ ਹੋ। ਇਹਨੂੰ ਸੈਟਿੰਗ ਕਰਨ ਲਈ ਜਾਂ ਤਾਂ ਆਪਾਂ ਇਸ ਹਿਸਾਬ ਨਾਲ ਇਹਨੂੰ ਉੱਪਰ ਉੱਪਰ ਪਿਕਚਰ ਜਾਂ ਥੱਲੇ ਕਰ ਸਕਦੇ ਹਾਂ, ਨਹੀਂ ਤਾਂ ਥੱਲੇ ਆਪਸ਼ਨ ਆਉਂਦੀ ਹੈ ਟੂ ਬੈਕ ਟੂ ਫਰੰਟ, ਆਪਾਂ ਉਹਨਾਂ ਨਾਲ ਆਪਣੀ ਪਿਕਚਰ ਨੂੰ ਬੈਕ ਅਤੇ ਫਰੰਟ 'ਤੇ ਲਿਆ ਸਕਦੇ ਹਾਂ। ਅਤੇ ਹੁਣ ਵਾਰੀ ਆ ਟੈਕਸ ਦੀ। ਟੈਕਸ ਵਿੱਚ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਕੇ, ਉਹਦੀ ਸੈਟਿੰਗ ਦੀਆਂ ਸਾਰੀਆਂ ਆਪਸ਼ਨਾਂ ਥੱਲੇ ਮਿਲ ਜਾਣਗੀਆਂ ਤੁਹਾਨੂੰ, ਜਿਸ ਨਾਲ ਤੁਸੀਂ ਟੈਕਸ ਦਾ ਸਾਈਜ਼, ਕਲਰ ਅਤੇ ਜਿਸ ਤਰ੍ਹਾਂ ਵੀ ਚਾਹੁੰਦੇ ਹੋ ਉਸ ਤਰ੍ਹਾਂ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ। ਤੁਸੀਂ ਆਪਣੇ ਟੈਕਸ ਦਾ ਫੋਂਟ ਸਾਈਜ਼ ਵੀ ਚੇਂਜ ਕਰ ਸਕਦੇ ਹੋ, ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਨੂੰ ਸਿਲੈਕਟ ਕਰਕੇ ਆਪਣੇ ਟੈਕਸ ਨੂੰ ਉਸ ਫੋਂਟ ਸਾਈਜ਼ ਵਿੱਚ ਲਿਆ ਸਕਦੇ ਹੋ। ਅਸਲ 'ਚ ਮੈਂ ਆਪਣੀ ਨੈਕਸਟ ਵੀਡੀਓ ਦਾ ਥੰਬਨੇਲ ਪਹਿਲਾਂ ਹੀ ਬਣਾ ਚੁੱਕਿਆ, ਅਤੇ ਉਹ ਵੀਡੀਓ ਬਣਾਉਣ ਲਈ ਮੈਂ ਉਹਨੂੰ ਦੁਬਾਰੇ ਬਣਾ ਰਿਹਾ। ਆਪਣੇ ਟੈਕਸ ਨੂੰ ਥੋੜ੍ਹਾ ਆਕਰਸ਼ਿਤ ਬਣਾਉਣ ਲਈ ਤੁਸੀਂ ਉਹਦੀ ਸ਼ੈਡੋ ਵੀ ਯੂਜ਼ ਕਰ ਸਕਦੇ ਹੋ। ਮੈਨੂੰ ਜਿੰਨੀ ਜਿੰਨੀ ਉਹਨਾਂ ਦੀ ਡੈਂਸਿਟੀ ਚਾਹੀਦੀ ਸੀ ਮੈਂ ਉਨੀ ਉਨੀ ਸਿਲੈਕਟ ਕਰ ਲਈ, ਅਤੇ ਬਾਕੀ ਜਿਸ ਹਿਸਾਬ ਨਾਲ ਤੁਸੀਂ ਬਣਾ ਰਹੇ ਹੋ ਤੁਸੀਂ ਉਸ ਹਿਸਾਬ ਨਾਲ ਉਹਦੀ ਸ਼ੈਡੋ ਦਾ ਕਲਰ ਐਡਜਸਟ ਕਰ ਸਕਦੇ ਹੋ।
ਲਓ ਜੀ, ਆਹ ਬਣ ਗਿਆ ਮੇਰੀ ਨੈਕਸਟ ਵੀਡੀਓ ਦਾ ਥੰਬਨੇਲ, ਜੋ ਬੜੀ ਆਸਾਨੀ ਨਾਲ ਤੁਸੀਂ ਵੀ ਬਣਾ ਸਕਦੇ ਹੋ। ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ, ਕਮੈਂਟ, ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।